ਹੋਰ ਸਾਰੇ ਭਵ ਸਾਗਰ ਪੀਤੇ ਦਾ ਅਰਥ ਪੀੜਾ ਕਰ ਲਿਆ ਸਾਰੇ ਡੇਰਾ ਨੇਚਰ ਸੱਚ ਸਾਧ ਸੰਗ ਪਾਇਆ ਪੀਤ ਬਸਨ ਕੁੰਦ ਦਸਨ ਉੱਥੇ ਆਇਆ ਨਾ ਪੀਤ ਬਸਨ ਪੀਲੇ ਬਸਨ ਕਰਤਾ ਅਰਥ ਉਹ ਪੀਤ ਦਾ ਹੁੰਦਾ ਪੀਤ ਪਤੀ ਨਾਲ ਵਸਣਾ ਸੁਰਤ ਦਾ ਸ਼ਬਦ ਨਾਲ ਜੁੜਨਾ ਪ੍ਰੀਤਮ ਪੀਤ ਆ ਪਤੀ ਪੀਤ ਪੀਤ ਬਸਨ ਜਿਹੜੀ ਸੁਰਤ ਸ਼ਬਦ ਨਾਲ ਜੁੜੀ ਹੋਈ ਆ ਪੀਤ ਬਸਨ ਉਹਨਾਂ ਨੂੰ ਪਤਾ ਹੀ ਨਹੀਂ ਸੀ ਇਸ ਗੱਲ ਦਾ ਅਰਥ ਕਰਨ ਵਾਲੇ ਤੋਂ ਪੰਡਿਤ ਨੇ ਅਰਥ ਕਰਨ ਵਾਲੇ ਉਹਨਾਂ ਨੂੰ ਕੀ ਪਤਾ ਵੀ ਕੀ ਹੈ ਉਹਨਾਂ ਨੇ ਆਪਣੇ ਜਿਹੜੇ ਗ੍ਰੰਥ ਪੜ੍ਹੇ ਤੇ ਉਹਦੇ 'ਚ ਪੀਤ ਦਾ ਅਰਥ ਪੀੜਾ ਸੀ ਉਹਨਾਂ ਨੇ ਕਿਹਾ ਪੀੜਾ ਹੋਊਗਾ ਇਹਦਾ ਅਰਥ ਪੜ੍ਹਦਾ ਜੇ ਨਾ ਆਪਣੇ ਉਹ ਅਰਥ ਕਰਦੇ ਜੋ ਉਹਨਾਂ ਨੇ ਪੜ੍ਹਿਆ ਸੀ ਗੁਰਬਾਣੀ ਭਾਸ਼ਾ ਅਲੱਗ ਸਾਧ ਸੰਗ ਪਾਇਆ ਡੇਰਾ ਨੇਚਰ ਸੱਚ ਸਾਧ ਸੰਗ ਪਾਇਆ ਇਹ ਸਾਧ ਸੰਗ ਸਾਧ ਜਿਹੜਾ ਅੰਦਰ ਹੈ ਨਾ ਅੰਤਰ ਆਤਮਾ ਉਹ ਅਸਲ 'ਚ ਉਸ ਡੇਰਾ ਉਹ ਉਸ ਡੇਰੇ 'ਚ ਹੈ ਉਹ ਨਿਸ਼ਚਲ ਹੈ ਇੱਕ ਪੈਰ ਇਹਦਾ ਆਤਮਾ ਦਾ ਮੇਨ ਪੈਰ ਉਸ ਡੇਰੇ 'ਚ ਹੈ ਇੱਕ ਪੈਰ ਇਹਦਾ ਬਾਹਰ ਆ ਗਿਆ ਇੱਕੋ ਪੈਰ ਬਾਹਰ ਹੈ ਇੱਕ ਹੱਥ ਬਾਹਰ ਹੈ ਇੱਕ ਹੱਥ ਅੰਦਰ ਹੈ ਅੱਧਾ ਅੰਦਰ ਹੈ ਅੱਧਾ ਬਾਹਰ ਹੈ ਮਨ ਕਰਕੇ ਬਾਹਰ ਹੈ ਚਿੱਤ ਕਰਕੇ ਅੰਦਰ ਹੈ ਪਰਾਤਮਾ ਕਰਕੇ ਅੰਦਰ ਹੈ ਆਤਮਾ ਕਰਕੇ ਬਾਹਰ ਹੈ ਬਸ ਜਿੱਥੇ ਉਹ ਅੰਦਰਲਾ ਬੈਠਾ ਉੱਥੇ ਜਾਣਾ ਇਹਨੇ ਉਹ ਹੈ ਨਿਚਲ ਡੇਰਾ ਡੇਰਾ ਨਿਚਲ ਸਾਧ ਸੰਗ ਸੱਚ ਸਾਧ ਸੰਗ ਪਾਇਆ ਹਾਂ ਸੱਚਾ ਡੇਰਾ ਉਹ ਸੱਚ ਡੇਰਾ ਸਾਧ ਸੰਗ ਪਾਇਆ ਬਾਹਰ ਸਾਰੇ ਝੂਠੇ ਡੇਰੇ ਨੇ ਝੂਠੇ ਹੀ ਬੰਦੇ ਨੇ ਜਿਹਨਾਂ ਦੇ ਡੇਰੇ ਬਣਾਏ ਹੋਏ ਨੇ ਸਭ ਝੂਠੇ ਨੇ ਸਾਡੀ ਬੋਲੀ ਸੱਚੀ ਨਹੀਂ ਹੈ ਝੂਠੀ ਬੋਲੀ ਹੈ ਤਾਂ ਡੇਰਾ ਕਹਿੰਦੇ ਹਾਂ ਅਸੀਂ ਇਹ ਬਾਣੀ ਸੱਚੀ ਹੈ ਸਾਨੂੰ ਤਾਂ ਸੱਚ ਬੋਲਣਾ ਹੀ ਨਹੀਂ ਆਉਂਦਾ ਜਾਂ ਅਸੀਂ ਡੇਰਾ ਬਾਹਰ ਕਹਿੰਦੇ ਹਾਂ ਅੰਮ੍ਰਿਤਸਰ ਬਾਹਰ ਕਹਿੰਦੇ ਹਾਂ ਹਰਿਮੰਦਰ ਬਾਹਰ ਕਹਿੰਦੇ ਹਾਂ ਝੂਠ ਹੈ ਸਾਰਾ ਝੂਠੀ ਬੋਲੀ ਹੈ ਅਸੀਂ ਕੂੜੇ ਆ ਰਹੇ ਹਾਂ ਝੂਠੇ ਹਾਂ ਗੁਰਬਾਣੀ ਦੇ ਅਨੁਸਾਰ ਨਹੀਂ ਬੋਲਦੇ ਅਸੀਂ ਜਿੱਦਣ ਗੁਰਬਾਣੀ ਦੇ ਅਨੁਸਾਰ ਬੋਲਣ ਲੱਗ ਗਏ ਉੱਦਣ ਸੱਚਾਰੇ ਬਣਾਂਗੇ ਸੱਚਾ ਜੋ ਸਾਨੂੰ ਬੋਲਣਾ ਹੀ ਨਹੀਂ ਆਉਂਦਾ ਇਹ ਸੰਸਾਰ ਦੀ ਬੋਲੀ ਝੂਠੀ ਬੋਲੀ ਹੈ ਝੂਠੇ ਇੱਥੇ ਦੇ ਬੰਦੇ ਇੱਥੇ ਸਭ ਕੁਝ ਹੈ ਹੀ ਝੂਠ ਸਭ ਕੁਝ ਝੂਠ ਹੈ ਇੱਥੇ ਦਾ ਅੰਮ੍ਰਿਤ ਸਰੋਵਰ ਝੂਠਾ ਨਹੀਂ ਹੁੰਦਾ ਜੇ ਝੂਠਾ ਨਹੀਂ ਤਾਂ ਅੱਖਾਂ ਨੂੰ ਦਿਖ ਨਹੀਂ ਸਕਦਾ ਸੱਚ ਨਹੀਂ ਅੱਖਾਂ ਨੂੰ ਦਿੰਦਾ ਜਿਹੜਾ ਅੱਖਾਂ ਨੂੰ ਦਿੰਦਾ ਝੂਠ ਹੈ ਉਹ ਬਿਨਸਨਹਾਰ ਹੈ ਬਿਨਸਨਹਾਰ ਤਾਂ ਨਾਸਵੰਤ ਹੈ ਨਾਸਵੰਤ ਚੀਜ਼ਾਂ ਨੂੰ ਤੁਸੀਂ ਪਰਲੋਕ ਦੀਆਂ ਚੀਜ਼ਾਂ ਨਾਲ ਜੋੜਤਾ ਤੁਸੀਂ ਤਾਂ ਸਾਰਾ ਧਰਮ ਹੀ ਨਾਸਵੰਤ ਬਣਾਤਾ ਵਿਚਾਰਧਾਰਾ ਹੀ ਨਾਸਵੰਤ ਬਣਾਤੀ ਸਭ ਕੁਝ ਨਾਸਵੰਤ ਬਣ ਗਿਆ ਨਾਨਕ ਤੇ ਜਨ ਨਹਿ ਡੁਲਾਇਆ ਨਾਨਕ ਤੇ ਜਨ ਨਹਿ ਡੁਲਾਇਆ ਉਹ ਜਿਹੜਾ ਆਦਮੀ ਹੈ ਜਨ ਹੈ ਨਾ ਜਨ ਹੁੰਦਾ ਗਿਆਨੀ ਜਨ ਦਾ ਅਰਥ ਹੈ ਜਾਣਕਾਰ ਜਨ ਤੋਂ ਜਨਕ ਬਣਦਾ ਜਨਕ ਆਪਣੇ ਆਪ ਨੂੰ ਨਹੀਂ ਕੋਈ ਕਹਿੰਦਾ ਹੁੰਦਾ ਜਦੋਂ ਨਾਨਕ ਨੂੰ ਜਨਕ ਕਿਹਾ ਭੱਠਾ ਨੇ ਉਹਨਾਂ ਨੇ ਜਨਕ ਕਿਹਾ ਯਾਨੀ ਗਿਆਨੀਆਂ 'ਚੋਂ ਸ੍ਰੇਸ਼ਟ ਗਿਆਨੀ ਜਿਹੜੇ ਹੋਰ ਗਿਆਨਵਾਨ ਸੀ ਉਹਨਾਂ 'ਚੋਂ ਸਾਰਿਆਂ 'ਚੋਂ ਹੈੱਡ ਸਾਰਿਆਂ ਦਾ ਲੀਡਰ ਗਿਆਨੀਆਂ ਦਾ ਉਸ ਵੇਲੇ ਜਨਕ ਰਾਜ ਅਵਤਾਰ ਜਨਕ ਹੋਰ ਵੀ ਨੇ ਜਨਕ ਰਾਜ ਅਵਤਾਰ ਜਨਕ ਦਾ ਅਰਥ ਹੁੰਦਾ ਜਾਣਕਾਰ ਜਿਹਨੇ ਜਾਣ ਲਿਆ ਕਿ ਆਪਣੇ ਆਪ ਨੂੰ ਜਾਣ ਲਿਆ ਆਤਮਾ ਨੂੰ ਜਾਣ ਲਿਆ ਆਤਮਾ ਖੋਜ ਲਈ ਆਤਮ ਚੀਨ ਪਰ ਆਤਮ ਚੀਨੋ ਉਹ ਹੁੰਦਾ ਜਨ ਆਪਣੇ ਆਪ ਨੂੰ ਨਾਨਕ ਜਨ ਕਹਿੰਦਾ ਭੱਟਾ ਨੇ ਉਹਨਾਂ ਨੂੰ ਜਨਕ ਕਿਹਾ
अपने आप नूं उन्होंने भगत भी नहीं कहा। भगत बहुत बड़ी इज्जत, क्योंकि भगत वास्ते यह आया है ना, भगत बराबर और ना कोई, और ना कोई, तो अपने आप नूं फिर बड़ा कहें कह दें। इस करके नहीं गुरुआ ने अपने आप नूं भगत कहा। भगत कहना एक हमाकत वाली गल है अपने आप। अरे क्या पूर्ण सुन ने भगत भगत कह के इस दर्श पाते, मूर्ख ने, मूर्ख सी। जोड़ा भगत नहीं होंगे वह कहता छेती मैं भगत हूँ, अपने नाम भगत लाता सी मूर्ख। भगत ने काम किया जो तय किया, किसी डेरे के भगत के पिछे चल, पहले तो उन्हें डेरा बनाया ही कोई नहीं, घर च रहते तो घर च रहे, जिते डेरा बनया उ झगड़ा भी पिया। गुरु घर थोड़ा जहा डेरे बनाने वाली गल हुई, झगड़े भी पे, क्यों संगत जुड़ती रही, उत्थे होर सिस्टम करना पिया, उ झगड़े भी पैदा हुए। गुरु अंगद देव न उतो छड़ के आना पिया दुए थो, गुरु अमरदास वो जगह छड़ के दुए थों जाना पिया, रामदास को छड़ के उत्थे आना पिया, क्यों जिते पहले उन्होंने औलाद सी चंगा नहीं समझती, अपने आप नूं सीनियर समझती, साडा तो यह कल गुलाम सीगा, साडे दा बाप दा चेला सी, यह घटिया समझते हो, कहते तुसीं इन्हां दे परे हो जाओ, ये तो मूर्ख ने, इन्हां नूं की पता भी थोड़ी अवस्था रह की है। दत्तू दासू हो मूर्ख सीगे, होर की सी, मूर्ख सी तां ही नहीं गुरियाई मिली, ता ही लत्त मारन की गल आउंदी है, होर कादी आउंदी, ता ही अपशब्द बोलन की गल आउंदी है। जे मूर्ख सी श्री चंद ता ही अपशब्द बोलन की गल आउंदी है, पछाण नहीं सकया की है, जिहदे को पछाणन वाली भी बुद्धि नहीं वो फिर मूर्ख नहीं, तो होर की है, आप ता नहीं हो जा पछाणन वाली अकल भी नहीं है, भी लोग मनते ने मैं मान लवा, दूजे ते कहे भी नहीं अकल आई, ਵੀ ਦੂਜੇ ਦੇ ਕਹੇ ਦੇ ਅਕਲ ਆ ਜੇ, ਹੋਮੇ ਸੀ ਅੰਦਰ, ਹੋਮੇ ਮਤ ਮਾਰ ਦਿੰਦੀ ਹੈ, ਜਿੱਥੇ ਹੋਮੇ ਆਉਂਦੀ ਹੈ ਮਤ ਮਾਰੀ ਜਾਂਦੀ ਹੈ, ਹੋਮੇ ਤਾਂ ਮਤ ਮਾਰੇ ਦਿੰਦੀ ਹੈ। ਹਾਂਜੀ ਸਲੋਕ ਢਾਹਣ ਲੱਗੇ ਧਰਮ ਰਾਏ ਕਿਨੇ ਨਾ ਘਾਲਿਓ ਬੰਧ, ਜਾਂ ਧਰਮ ਰਾਏ ਢਾਹਣ ਲੱਗਦਾ ਨਾ ਡੇਰੇ ਨੂੰ, ਬਸ ਦਸੇ ਬੰਧ ਢਾਹ ਦਿੰਦਾ, ਦਸ ਜਗ੍ਹਾ 'ਤੇ ਬੰਧ ਛੁੱਟ ਛੁੱਟ ਜਾਂਦੇ ਨੇ ਸਰੀਰ ਦੇ, ਇੱਥੇ ਬੰਧ ਨੇ, ਆ ਬੰਧ ਹੈ ਨਾ, ਦੋ ਬੰਧ ਨੇ ਇੱਥੇ ਗੁੱਟ 'ਤੇ ਆ ਕੇ, ਇੱਥੇ ਜ਼ੋਰ ਹੈ, ਆ ਮੁੱਠੀ ਮੀਤ ਦੇ ਜ਼ੋਰ ਹੈ ਨਾ, ਇੱਥੇ ਇੱਥੇ ਤਾਕਤ ਇੱਥੇ ਕੰਮ ਕਰਦੀ ਹੈ, ਉਂਗਲੀਆਂ 'ਚ ਤਾਕਤ ਇੱਥੋਂ ਹੀ ਜਾਂਦੀ ਹੈ, ਬਸ ਇੱਥੋਂ ਗਏ, ਪਹਿਲਾਂ ਪਹਿਲਾਂ ਤਾਂ ਗੁੱਟ ਐਂ ਹੋ ਜਾਂਦੇ ਨੇ, ਇੱਥੋਂ ਤੋੜ 'ਤੇ, ਕਹਿੰਦਾ ਵੀ ਇਹ ਉਂਗਲੀਆਂ ਤਾਂ ਹੁਣ ਨਹੀਂ ਹਿਲਦੀਆਂ, ਇੱਥੇ ਕਹੇਗੀ ਜਾ, ਫਿਰ ਦੋ ਤਾਂ ਆਏ ਚਲੇ ਗਏ, ਦੋ ਫਿਰ ਆਏ ਗਏ ਕੂਹਣੀ ਵਾਲੇ, ਕੂਹਣੀ 'ਚ ਲੱਗ ਜਾਣ।